ਸੋ ਗਾਈਜ਼, ਹੁਣ ਅਸੀਂ ਆ ਗਏ ਹਾਂ ਹਡਿੰਬਾ ਟੈਂਪਲ, ਜੋ ਕਿ ਮਨਾਲੀ ਦੇ ਵਿੱਚ ਹੀ ਹੈ। ਸੋ ਪਹਿਲਾਂ ਅਸੀਂ ਵਸ਼ਿਸ਼ ਟੈਂਪਲ ਗਏ ਸੀ, ਵਸ਼ਿਸ਼ ਟੈਂਪਲ ਤੋਂ ਬਾਅਦ ਹੁਣ ਅਸੀਂ ਆ ਗਏ ਹਾਂ ਹਡਿੰਬਾ ਟੈਂਪਲ। ਸੋ ਇਹ ਹੈ ਹਡਿੰਬਾ ਟੈਂਪਲ ਦਾ ਰਸਤਾ। ਸੋ ਬਾਕੀ ਜਿਹੜਾ ਇੱਥੋਂ ਸਾਨੂੰ ਤੁਰ ਕੇ ਜਾਣਾ ਪੈਂਦਾ ਵਾ ਮੰਦਰ ਦੀ ਔਰ। ਇਹ ਹੈ ਜੀ ਬਹੁਤ ਵੱਡੀ ਇੱਕ ਪਾਰਕ ਹੈ ਜਿੱਥੋਂ ਦੀ ਸਾਰੇ ਲੋਕ ਜਾਂਦੇ ਆ, ਇੱਥੇ ਰਾਈਡਸ ਵੀ ਨੇ। ਸਾਡਾ ਹੋਟਲ ਇੱਥੋਂ ਬਹੁਤ ਹੀ ਜ਼ਿਆਦਾ ਨੇੜੇ ਆ, ਅਸੀਂ ਹਡਿੰਬਾ ਟੈਂਪਲ ਦੇ ਕੋਲ ਹੀ ਆਪਣਾ ਹੋਟਲ ਲਿਆ, ਰੂਮ ਬੁੱਕ ਕੀਤੇ ਹੋਏ ਆ। ਸੋ ਇੱਥੇ ਅਸੀਂ ਸੋਚਿਆ ਕਿ ਬਾਅਦ ਵਿੱਚ ਜਾਵਾਂਗੇ, ਇਸ ਕਰਕੇ ਅਸੀਂ ਪਹਿਲਾਂ ਵਸ਼ਿਸ਼ ਟੈਂਪਲ ਜਾਏ ਸੀ। ਸੋ ਹੁਣ ਅਸੀਂ ਲੋਕਲ ਅੱਜ ਮਨਾਲੀ ਦੇ ਵਿੱਚ ਹੀ ਘੁੰਮਾਂਗੇ ਔਰ ਮੈਂ ਤੁਹਾਨੂੰ ਦਿਖਾ ਰਹੀ ਹਾਂ ਬਹੁਤ ਹੀ ਵਧੀਆ ਵਧੀਆ ਇੱਥੋਂ ਦੇ ਵਿਊਜ਼ ਐਂਡ ਬਹੁਤ ਵਧੀਆ ਚੀਜ਼ਾਂ ਔਰ ਲੋਕ ਵੀ ਤੁਸੀਂ ਦੇਖ ਹੀ ਰਹੇ ਹੋ ਕਿ ਮਨਾਲੀ ਦੇ ਵਿੱਚ ਜਿਹੜੀ ਹੈ ਰੌਣਕ ਹਮੇਸ਼ਾ ਹੀ ਲੱਗੀ ਰਹਿੰਦੀ ਹੈ, ਕਿਉਂਕਿ ਗਰਮੀਆਂ ਦੇ ਵਿੱਚ ਵੀ ਇੱਥੇ ਟੂਰਿਸਟ ਆਉਂਦੇ ਨੇ ਅਤੇ ਸਰਦੀਆਂ ਦੇ ਵਿੱਚ ਵੀ ਆਉਂਦੇ ਨੇ, ਅਤੇ ਜਿਨ੍ਹਾਂ ਨੂੰ ਸਨੋਫੋਲ ਬਹੁਤ ਜ਼ਿਆਦਾ ਪਸੰਦ ਹੈ ਉਹ ਸਰਦੀਆਂ ਦੇ ਵਿੱਚ ਵੀ ਮੋਸਟਲੀ ਇੱਥੇ ਵਿਜ਼ਿਟ ਕਰਦੇ ਨੇ। ਸੋ ਹਜੇ ਸਨੋਫੋਲ ਦਾ ਮੌਸਮ ਨਹੀਂ ਹੈਗਾ, ਵੈਸੇ ਬਾਰਿਸ਼ ਹੋ ਰਹੀ ਹੈ, ਹਲਕੀ ਹਲਕੀ ਬਾਰਿਸ਼ ਹੋਣੀ ਸਟਾਰਟ ਹੋ ਗਈ ਹੈ ਇੱਥੇ ਹਡਿੰਬਾ ਟੈਂਪਲ ਵੀ। ਔਰ ਇਹ ਰਸਤਾ ਹੈ, ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲੇਡੀਜ਼ ਹੱਥ ਨਾਲ ਬੁਣ ਰਹੀਆਂ ਨੇ, ਸਵੈਟਰ ਬੁਣ ਰਹੀਆਂ ਨੇ, ਜੁਰਾਬਾਂ ਬੁਣਦੀਆਂ ਨੇ, ਅਤੇ ਬਹੁਤ ਹਾਰਡ ਵਰਕਿੰਗ ਨੇ ਇੱਥੋਂ ਦੇ ਲੋਕ, ਬਹੁਤ ਮਿਹਨਤ ਕਰਦੇ ਨੇ। ਔਰ ਇਹ ਦੇਖੋ ਜੀ ਹਡਿੰਬਾ ਟੈਂਪਲ, ਇੱਥੇ ਹਡਿੰਬਾ ਮਾਤਾ ਜੀ ਦਾ ਟੈਂਪਲ ਹੈ ਔਰ ਇੱਥੇ ਬਹੁਤ ਹੀ ਸਾਰੇ ਲੋਕ ਆਉਂਦੇ ਨੇ, ਮੱਥਾ ਟੇਕਣ ਆਉਂਦੇ ਨੇ, ਘੁੰਮਣ ਆਉਂਦੇ ਨੇ ਕਈ ਔਰ ਕਈ ਮੱਥਾ ਟੇਕਣ ਆਉਂਦੇ ਨੇ। ਔਰ ਦੇਖ ਸਕਦੇ ਹੋ ਤੁਸੀਂ ਕਿ ਲਾਈਨ ਕਿੰਨੀ ਵੱਡੀ ਲੱਗੀ ਹੋਈ ਹੈ। ਰੂਦਰ ਨੂੰ ਮਿਲ ਗਈ ਆ ਘੁੰਮਣ ਲਈ ਖੁੱਲ੍ਹੀ ਜਗ੍ਹਾ ਔਰ ਰੂਦਰ ਬਸ ਆਪਣਾ ਇੰਜੋਏ ਕਰਨ ਲੱਗ ਗਿਆ ਆ, ਆਲੇ ਦੁਆਲੇ ਆਲੇ ਦੁਆਲੇ, ਕਦੀ ਇੱਧਰ ਭੱਜਣ ਲੱਗਾ ਵਾ, ਕਦੀ ਉੱਧਰ ਭੱਜਣ ਲੱਗਾ ਵਾ, ਇਹਨੂੰ ਬਸ ਖੁੱਲ੍ਹੀ ਜਗ੍ਹਾ ਚਾਹੀਦੀ ਹੁੰਦੀ ਆ ਔਰ ਰੂਦਰ ਨੂੰ ਬਸ ਆਪਣੀ ਉਹ ਜਗ੍ਹਾ ਮਿਲ ਗਈ ਆ ਘੁੰਮਣ ਲਈ। ਜਿੰਨੇ ਵੀ ਟੂਰਿਸਟ ਇੱਥੇ ਆਉਂਦੇ ਆ ਉਹ ਹਡਿੰਬਾ ਟੈਂਪਲ ਜ਼ਰੂਰ ਆਉਂਦੇ ਨੇ, ਚਾਹੇ ਜਿਹੜਾ ਕੋਈ ਵੀ ਮਰਜ਼ੀ ਹੋਵੇ, ਹਰ ਕੋਈ ਇੱਥੇ ਇਸ ਮੰਦਿਰ ਦੇ ਵਿੱਚ ਆਉਂਦਾ ਵਾ ਦਰਸ਼ਨ ਕਰਨ ਔਰ ਇਹ ਮੰਦਿਰ ਬਹੁਤ ਹੀ ਜ਼ਿਆਦਾ ਖੂਬਸੂਰਤ ਆ। ਹਡਿੰਬਾ ਟੈਂਪਲ ਤੋਂ ਮੱਥਾ ਟੇਕਣ ਤੋਂ ਬਾਅਦ ਹੁਣ ਅਸੀਂ ਵਾਪਸ ਚੱਲੇ ਹਾਂ ਰੂਮ ਦੇ ਵਿੱਚ। ਰੂਮ ਦੇ ਵਿੱਚ ਜਾ ਕੇ ਅਸੀਂ ਕਰਾਂਗੇ ਥੋੜ੍ਹੀ ਜਿਹੀ ਰੈਸਟ ਔਰ ਰੈਸਟ ਕਰਨ ਤੋਂ ਬਾਅਦ ਮੈਂ ਤੁਹਾਨੂੰ ਦਿਖਾਊਂਗੀ ਮਨਾਲੀ ਦਾ ਮੌਲ ਰੋਡ। ਮੌਲ ਰੋਡ ਦਿਖਾਵਾਂਗੇ ਕਿਉਂਕਿ ਰਾਤ ਦਾ ਨਜ਼ਾਰਾ ਮੌਲ ਰੋਡ ਦਾ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਵਾ। ਸੋ ਜਲਦੀ ਜਲਦੀ ਹੁਣ ਅਸੀਂ ਚੱਲੇ ਹਾਂ ਆਪਣੇ ਹੋਟਲ ਦੇ ਵਿੱਚ ਔਰ ਹੋਟਲ ਤੋਂ ਥੋੜ੍ਹਾ ਟਾਈਮ ਰੈਸਟ ਕਰਕੇ ਫਿਰ ਅਸੀਂ ਜਾਵਾਂਗੇ ਮੌਲ ਰੋਡ 'ਤੇ। ਰੈਸਟ ਕਰਨ ਤੋਂ ਬਾਅਦ ਮੈਂ ਹੋ ਗਈ ਹਾਂ ਰੈਡੀ। ਬਹੁਤ ਹੀ ਜ਼ਿਆਦਾ ਬਾਰਿਸ਼ ਹੋ ਰਹੀ ਆ ਮਨਾਲੀ ਦੇ ਵਿੱਚ, ਅਤੇ ਥੋੜ੍ਹੀ ਜਿਹੀ ਬਾਰਿਸ਼ ਘੱਟ ਹੋ ਜਾਵੇ ਅਤੇ ਫਿਰ ਉਸ ਤੋਂ ਬਾਅਦ ਅਸੀਂ ਜਾਵਾਂਗੇ ਮਾਲ ਰੋਡ 'ਤੇ। ਮੈਂ ਇਸ ਟਾਈਮ ਖੜ੍ਹੀ ਹਾਂ ਮਾਲ ਰੋਡ 'ਤੇ। ਮਾਲ ਰੋਡ 'ਤੇ ਬਹੁਤ ਜ਼ਿਆਦਾ ਰਸ਼ ਸੀਗਾ ਪੂਰਾ ਹੀ, ਵੈਸੇ ਤਾਂ ਮਾਲ ਰੋਡ ਭਰਿਆ ਹੀ ਪਿਆ ਸੀ ਕਿਉਂਕਿ ਬਾਰਿਸ਼ ਵੀ ਹੋਈ ਸੀ, ਲੇਕਿਨ ਬਾਰਿਸ਼ ਹੋਣ ਤੋਂ ਬਾਅਦ ਸਾਰੇ ਲੋਕ ਸਾਰੇ ਟੂਰਿਸਟ ਮਾਲ ਰੋਡ 'ਤੇ ਆ ਗਏ ਸੀ ਕਿਉਂਕਿ ਰਾਤ ਨੂੰ ਮਾਲ ਰੋਡ 'ਤੇ ਬਹੁਤ ਜ਼ਿਆਦਾ ਰਸ਼ ਹੁੰਦਾ ਹੈ। ਔਰ ਅਸੀਂ ਚੱਲੇ ਹਾਂ ਮਾਰਕੀਟ ਦੇ ਅੰਦਰ, ਇੱਥੇ ਮਾਰਕੀਟਸ ਵੀ ਬਹੁਤ ਸਾਰੀਆਂ ਬਣੀਆਂ ਹੋਈਆਂ ਨੇ, ਸਮਾਨ ਬਹੁਤ ਸਾਰਾ ਨੇ, ਤੁਸੀਂ ਜਿੰਨੀ ਸ਼ੋਪਿੰਗ ਚਾਹੋ ਕਰ ਸਕਦੇ ਹੋ, ਤੁਹਾਨੂੰ ਹਰ ਇੱਕ ਚੀਜ਼ ਇੱਥੇ ਮਿਲ ਜਾਏਗੀ, ਕੱਪੜੇ ਵੀ ਮਿਲ ਜਾਣਗੇ, ਸ਼ੂਜ਼ ਵੀ ਮਿਲ ਜਾਣਗੇ, ਫੁੱਟਵੇਅਰ, ਪਰਸ, ਬੈਗਸ, ਆਹ ਦੇਖ ਸਕਦੇ ਹੋ ਮੈਂ ਤੁਹਾਨੂੰ ਕਲੈਕਸ਼ਨ ਦਿਖਾ ਰਹੀ ਹਾਂ, ਦੇਖੋ ਕਿੰਨੀ ਵਧੀਆ ਕਲੈਕਸ਼ਨ ਹੈ,
ਕਲੈਕਸ਼ਨ ਇੱਥੇ ਬਹੁਤ ਹੀ ਜ਼ਿਆਦਾ ਡਿਫਰੈਂਟ ਹੈ। ਬੱਚਿਆਂ ਦੇ ਕੱਪੜੇ ਬਹੁਤ ਸੋਹਣੇ ਸੋਹਣੇ ਸੀ, ਦੇਖੋ ਪਰਸ ਕਿੰਨੇ ਸੋਹਣੇ ਸੋਹਣੇ ਲੱਗ ਰਹੇ ਨੇ। ਬਹੁਤ ਤਰ੍ਹਾਂ ਦੀ ਕਲੈਕਸ਼ਨ ਮਨਾਲੀ ਦੇ ਵਿੱਚ ਹੈ ਔਰ ਕਾਫੀ ਵਧੀਆ ਇੱਥੋਂ ਦਾ ਸਟੱਫ ਮਿਲ ਜਾਂਦਾ ਆ। ਲੇਕਿਨ ਇੰਨਾ ਹੈ ਕਿ ਇੱਥੇ ਦਾ ਪ੍ਰਾਈਸ ਥੋੜ੍ਹਾ ਜਿਹਾ ਹਾਈ ਹੁੰਦਾ ਆ, ਕਿਉਂਕਿ ਹਾਈ ਇਸ ਕਰਕੇ ਹੁੰਦਾ ਹੈ ਕਿਉਂਕਿ ਹਰ ਇੱਕ ਜਗ੍ਹਾ 'ਤੇ ਟੂਰਿਸਟ ਪਲੇਸ 'ਤੇ ਹਰ ਇੱਕ ਚੀਜ਼ ਦਾ ਪ੍ਰਾਈਸ ਥੋੜ੍ਹਾ ਜਿਹਾ ਆਮ ਮਾਰਕੀਟ ਦੇ ਨਾਲੋਂ ਜ਼ਿਆਦਾ ਹੁੰਦਾ ਵਾ। ਸੋ ਸ਼ੋਪਿੰਗ ਸ਼ੋਪਿੰਗ ਕਰਦੇ ਹਾਂ ਨਾਲੋਂ ਨਾਲ ਔਰ ਨਾਲੋਂ ਨਾਲ ਅਸੀਂ ਇਸ ਵਿਊ ਦਾ ਨਜ਼ਾਰਾ ਵੀ ਲੈ ਰਹੇ ਹਾਂ। ਬਹੁਤ ਜ਼ਿਆਦਾ ਵਧੀਆ ਮਨਾਲੀ ਮੋਲ ਰੋਡ, ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਕਿਉਂਕਿ ਮੈਂ ਇੱਥੇ ਸੈਕਿੰਡ ਟਾਈਮ ਗਈ ਹਾਂ। ਇਹ ਦੇਖੋ ਜੀ, ਇੱਕ ਭਾਈ ਸਾਹਿਬ ਨੇ ਦੇਖੋ ਕਿੰਨੀ ਸੋਹਣੀ ਪੇਂਟਿੰਗ ਕਰ ਰਹੇ ਨੇ, ਹੱਥ ਦੇ ਨਾਲ ਲਿਖ ਰਹੇ ਨੇ। ਕੀ ਰਿੰਗਸ ਵੀ ਮਿਲਦੇ ਨੇ ਇੱਥੋਂ, ਸਭ ਕੁਝ ਮਿਲਦਾ। ਰੂਮ ਡੈਕੋਰ ਲਈ ਵੀ ਤੁਸੀਂ ਪਰਚੇਜ਼ ਇੱਥੋਂ ਕਰ ਸਕਦੇ ਹਾਂ। ਨੇਮਸ ਲਿਖਦੇ ਨੇ ਔਰ ਸਾਰਾ ਕੁਝ ਹੈਂਡਮੇਡ ਹੀ ਹੈ, ਹੱਥ ਨਾਲ ਬਣਾਉਂਦੇ ਨੇ। ਕੱਪੜੇ ਬਹੁਤ ਸੋਹਣੇ ਹੈਗੇ ਨੇ ਔਰ ਸਪੈਸ਼ਲੀ ਜੋ ਕਿ ਮੇਨ ਚੀਜ਼ ਹੈ ਖਾਣ ਪੀਣ ਦਾ, ਖਾਣ ਪੀਣ ਦਾ ਇੱਥੋਂ ਮੋਮੋਸ, ਮੈਗੀ ਸਭ ਕੁਛ ਮਿਲ ਜਾਏਗਾ। ਬਹੁਤ ਹੀ ਵਧੀਆ ਟੇਸਟੀ ਚੀਜ਼ਾਂ ਨੇ ਮੋਲ ਰੋਡ 'ਤੇ। ਸੋ ਅਸੀਂ ਵੀ ਇਸ ਚੀਜ਼ ਦਾ ਫੁੱਲ ਇੰਜੋਏ ਕਰ ਰਹੇ ਹਾਂ ਔਰ ਜਿਨ੍ਹਾਂ ਨੂੰ ਸਿੰਗਿੰਗ ਪਸੰਦ ਹੈ, ਲਾਈਵ ਮਿਊਜ਼ਿਕ, ਉਹ ਵੀ ਇਹਨਾਂ ਨੂੰ ਇੱਥੇ ਮਿਲ ਜਾਏਗਾ। ਔਰ ਕੁਛ ਕੁ ਲੋਕ ਇੱਥੋਂ ਮਾਲਿਸ਼ ਵੀ ਕਰਵਾਉਂਦੇ ਨੇ ਔਰ ਇੱਥੇ ਮਾਲਿਸ਼ ਵਾਲਿਆਂ ਦਾ ਵੀ ਖਾਸ ਪ੍ਰਬੰਧ ਹੈ। ਸੋ ਇੱਥੇ 200-200 ਰੁਪਏ ਦੇ ਕੇ ਤੁਸੀਂ ਮਾਲਿਸ਼ ਵੀ ਕਰਵਾ ਸਕਦੇ। ਮੋਲ ਰੋਡ 'ਤੇ ਹਰੇਕ ਚੀਜ਼ ਦੀ ਫੈਸਿਲਿਟੀ ਮਿਲ ਜਾਂਦੀ ਹੈ, ਇਸੇ ਕਰਕੇ ਮਨਾਲੀ ਦਾ ਮੋਲ ਰੋਡ ਜਿਹੜਾ ਵਾ ਬਹੁਤ ਹੀ ਜ਼ਿਆਦਾ ਫੇਮਸ ਆ। ਬਹੁਤ ਸਾਰਾ ਇੰਜੋਏ ਕੀਤਾ ਅਸੀਂ ਮਨਾਲੀ ਦੇ ਵਿੱਚ, ਬਹੁਤ ਸਾਰਾ ਕੁਛ ਖਾ ਪੀ ਕੇ, ਸ਼ੋਪਿੰਗ ਕਰਕੇ ਹੁਣ ਅਸੀਂ ਚੱਲੇ ਹਾਂ ਵਾਪਸ ਆਪਣੇ ਰੂਮ ਦੇ ਵਿੱਚ ਔਰ ਅਸੀਂ ਕੁਛ ਖਾਵਾਂਗੇ, ਡਿਨਰ ਦੇ ਵਿੱਚ ਵੀ ਕੁਛ ਖਾ ਲਾਂਗੇ ਕਿਉਂਕਿ ਮੋਮੋਜ਼ ਵਗੈਰਾ ਤਾਂ ਅਸੀਂ ਖਾ ਚੁੱਕੇ ਹਾਂ, ਸੌਫਟੀਆਂ ਵੀ ਖਾ ਚੁੱਕੇ ਹਾਂ ਕਿਉਂਕਿ ਹਰ ਇੱਕ ਚੀਜ਼ ਇੱਥੇ ਔਰ ਇੱਥੋਂ ਦੇਖ ਕੇ ਸਭ ਕੁਛ ਦਿਲ ਕਰਦਾ ਕਿ ਖਾਈ ਜਾਈਏ ਕਿਉਂਕਿ ਠੰਡ ਦਾ ਮੌਸਮ ਹੈ। ਸੋ ਬਹੁਤ ਵਧੀਆ ਫੀਲਿੰਗ ਇੱਥੇ ਆਈ ਆ ਮੋਲ ਰੋਡ 'ਤੇ ਆ ਕੇ। ਸੋ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ।